क्योंकि लोग आरएसएस ਨੂੰ ਬੜਾ ਲਖਿੰਦੇ ਨੇ ਪੰਜਾਬ ਦੇ ਖਾਸ ਕਰਕੇ ਤੇ ਤੁਸੀਂ ਇਸ ਤਰ੍ਹਾਂ ਦਾ ਫੈਸਲਾ ਕਿਉਂਕਿ ਹੋਰ ਪਾਰਟੀਆਂ ਆਮ ਆਦਮੀ ਪਾਰਟੀ ਵੀ ਹੈ ਬਸਪਾ ਵੀ ਹੈ ਕਾਂਗਰਸ ਵੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਸੀਟ ਹੈ ਉਹ ਬਸਪਾ ਨੂੰ ਦੇ ਜੀ ਕੋਈ ਗੱਲ ਨਹੀਂ ਪਰ ਪਹਿਲਾਂ ਕੀ ਹੁੰਦਾ ਸੀਗਾ ਕਿ ਸਾਰੇ ਵਰਕਰਾਂ ਨੂੰ ਭਰੋਸੇ ਵਿੱਚ ਲੈ ਕੇ ਫੇਰ ਸੀਟ ਦਿੱਤੀ ਜਾਂਦੀ ਸੀ ਜਾਂ ਫੇਰ ਫੈਸਲਾ ਲਿਆ ਜਾਂਦਾ ਹੁਣ ਸਾਡੇ ਪ੍ਰਧਾਨ ਸਾਹਿਬ ਜਿਹੜੇ ਆ ਉਹ ਕਿਸੇ ਦੀ ਕੋਈ ਸਲਾਹ ਮਸ਼ਵਰਾ ਲਏ ਬਗੈਰ ਉਹ ਆਪ ਮਨਮਾਨੀਆਂ ਕਰ ਰਹੇ ਆ ਕਪੂਰਥਲੇ ਦੇ ਵਿੱਚ ਜਿਹੜਾ ਆ ਸਵਾਈ ਰਾਣਾ ਗੁਰਜੀਤ ਸਿੰਘ ਜੀ ਹੁਣਾਂ ਵੱਲੋਂ ਜਿਹੜਾ ਕਿ ਪਰਚੇ ਕਰਨ ਦੀ ਰਾਜਨੀਤੀ ਪਰਚਾ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਆਪਣੇ ਨਾਲ ਜੋੜਨ ਦੀ ਨੀਤੀ ਜਿਹੜੀ ਆ ਉਸ ਦਾ ਹੀ ਪਰਦਾਫਾਸ਼ ਕਰਾਂਗੇ ਸਾਰਾ ਤਕਰੀਬਨ ਨਿਊਜ਼ 9 ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸੰਜੀਵ ਸ਼ਰਮਾ ਗੱਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2022 ਦੀ ਕਰੀਏ ਤਾਂ ਇਸ ਵੇਲੇ ਸਿਆਸੀ ਪਾਰਟੀਆਂ ਵੱਲੋਂ ਪੂਰੀ ਤਰ੍ਹਾਂ ਤਿਆਰੀ ਕੀਤੀ ਜਾ ਚੁੱਕੀ ਹੈ ਹੁਣੇ ਹੁਣੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਅਤੇ ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਰਣਜੀਤ ਸਿੰਘ ਖੋਜੇਵਾਲ ਵੱਲੋਂ ਹਾਲ ਹੀ ਵਿੱਚ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਬੀਜੇਪੀ ਨੂੰ ਜੁਆਇਨ ਕੀਤਾ ਗਿਆ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਰਦਾਰ ਰਣਜੀਤ ਸਿੰਘ ਜੀ ਖੋਜੇਵਾਲ ਖੋਜੇਵਾਲ ਸਾਹਿਬ ਸਵਾਗਤ ਹੈ ਤੁਹਾਡਾ ਨਿਊਜ਼ 9 ਪੰਜਾਬ ਸਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਖੋਜੇਵਾਲ ਸਾਹਿਬ ਸਭ ਤੋਂ ਪਹਿਲਾਂ ਕਿ ਸਿਆਸੀ ਮਾਹੌਲ ਬਣਦਿਆਂ ਹੀ ਆਮ ਦੇਖਿਆ ਜਾਂਦਾ ਹੈ ਕਿ ਸਿਆਸੀ ਆਗੂਆਂ ਵੱਲੋਂ ਪਾਰਟੀਆਂ 'ਚ ਅਦਲਾ ਬਦਲੀ ਕੀਤੀ ਜਾਂਦੀ ਹੈ ਕੁਛ ਟਿਕਟ ਤੋਂ ਨਾਰਾਜ਼ ਨੇ ਜਾਂ ਕੁਛ ਪਾਰਟੀ ਦੀਆਂ ਕੋਈ ਖਾਮੀਆਂ ਕੱਢ ਕੇ ਨਾਰਾਜ਼ ਹੁੰਦੇ ਨੇ ਇੱਕ ਲੰਮਾ ਸਮਾਂ ਬਿਤਾਉਣ ਤੋਂ ਬਾਅਦ ਵੀ ਇਹ ਕਿਸ ਤਰ੍ਹਾਂ ਹੋ ਜਾਂਦਾ ਹੈ ਕਿ ਇੱਕਦਮ ਪਾਰਟੀ ਦੇ ਤੁਹਾਨੂੰ ਪਸੰਦ ਨਹੀਂ ਆਉਂਦੀ ਔਰ ਕਿਸ ਤਰ੍ਹਾਂ ਤੁਹਾਡੇ ਮਗਰ ਕੀ ਰੀਜ਼ਨ ਰਿਹਾ ਪਾਰਟੀ ਨੂੰ ਬਦਲਣ ਦਾ ਸੰਜੀਵ ਜੀ ਅਸੀਂ ਬਾਬਿਓਂ ਪਰਦਾਦਿਓਂ ਜਿਉਂ ਸੁਰਤ ਸੰਭਾਲੀ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਰਹੇ ਹਾਂ ਪਿਛਲੇ ਕੁਝ ਸਮੇਂ ਦੇ ਵਿੱਚ ਠੀਕ ਹੈ ਪਾਰਟੀਆਂ ਦੇ ਫੈਸਲੇ ਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਸੀਟ ਆ ਉਹ ਬਸਪਾ ਨੂੰ ਦੇ ਦਿੱਤੀ ਜੀ ਕੋਈ ਗੱਲ ਨਹੀਂ ਪਾਰਟੀਆਂ ਦੇ ਅੰਦਰੂਨੀ ਫੈਸਲੇ ਸਾਡੇ ਵਰਕਰ ਮੰਨਦੇ ਆ ਜੀ ਪਰ ਪਹਿਲਾਂ ਕੀ ਹੁੰਦਾ ਸੀਗਾ ਕਿ ਸਾਰੇ ਵਰਕਰਾਂ ਨੂੰ ਭਰੋਸੇ ਵਿੱਚ ਲੈ ਕੇ ਫੇਰ ਸੀਟ ਦਿੱਤੀ ਜਾਂਦੀ ਸੀ ਜਾਂ ਫੇਰ ਫੈਸਲਾ ਲਿਆ ਜਾਂਦਾ ਸੀ ਜੀ ਹੁਣ ਸਾਡੇ ਪ੍ਰਧਾਨ ਸਾਹਿਬ ਜਿਹੜੇ ਆ ਉਹ ਕਿਸੇ ਦੀ ਕੋਈ ਸਲਾਹ ਮਸ਼ਵਰਾ ਲਏ ਬਗੈਰ ਜੀ ਉਹ ਆਪ ਮਨਮਾਨੀਆਂ ਕਰ ਰਿਹਾ ਜੀ ਜਿਸ ਦਾ ਕਿ ਵਰਕਰਾਂ ਦੇ ਉੱਪਰ ਜਿਹੜਾ ਉਹ ਭਾਰੀ ਜਿਹੜਾ ਰੋਸ ਪਾਇਆ ਜਾ ਰਿਹਾ ਜੀ ਗੱਲ ਟਿਕਟ ਦੀ ਨਹੀਂ ਹੈ ਕਿ ਟਿਕਟ ਲੜਨੀ ਜਾਂ ਨਹੀਂ ਲੜਨੀ ਜੀ ਇੱਕ ਤੁਹਾਡਾ ਮਾਣ ਸਨਮਾਨ ਹੋਵੇ ਤੁਹਾਨੂੰ ਕੋਈ ਭਰੋਸੇ ਲੈ ਕੇ ਫੈਸਲਾ ਲਿਆ ਜਾਵੇ ਉਹ ਜ਼ਿਆਦਾ ਵਧੀਆ ਲੱਗਦਾ ਜੀ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਮੱਦੇਨਜ਼ਰ ਰੱਖਦੇ ਹੋਏ ਅਸੀਂ ਫੈਸਲਾ ਲਿਆ ਕਿ ਅਸੀਂ ਕਿਹੜੀ ਪਾਰਟੀ ਸਾਨੂੰ ਚੰਗੀ ਰਹੂਗੀ ਜਾਂ ਕਿਹੜੀ ਪੰਜਾਬ ਜਿਹੜੀ ਪੰਜਾਬ ਦਾ ਕੋਈ ਭਲਾ ਕਰ ਸਕਦੀ ਹੈ ਅਸੀਂ ਉਸ ਪਾਰਟੀ ਨੂੰ ਜੁੜਨਾ ਚਾਹਾਂਗੇ ਜੀ ਜੀ ਖੋਜੇਵਾਲ ਸਾਹਿਬ ਦੇਖਿਆ ਜਾਵੇ ਤਾਂ ਹਾਲ ਹੀ ਵਿੱਚ ਚੰਦ ਦਿਨ ਪਹਿਲਾਂ ਹੀ ਤਾਂ ਬੀਜੇਪੀ ਦੀ ਸਰਕਾਰ ਵੱਲੋਂ ਕਿਸਾਨੀ ਮੁੱਦੇ 'ਤੇ ਫੈਸਲਾ ਵਾਪਸ ਲਿਆ ਗਿਆ ਇੰਨਾ ਜ਼ਿਆਦਾ ਵਿਰੋਧ ਹੋਣ ਦੇ ਬਾਵਜੂਦ ਵੀ ਬੀਜੇਪੀ ਹੀ ਕਿਉਂ ਕਿਉਂਕਿ ਲੋਕ ਆਰਐਸਐਸ ਨੂੰ ਬੜਾ ਨਖਿੱਧਦੇ ਨੇ ਪੰਜਾਬ ਦੇ ਖਾਸ ਕਰਕੇ ਜੀ ਫਿਰ ਤੁਸੀਂ ਇਸ ਤਰ੍ਹਾਂ ਦਾ ਫੈਸਲਾ ਕਿਉਂਕਿ ਹੋਰ ਪਾਰਟੀਆਂ ਆਮ ਆਦਮੀ ਪਾਰਟੀ ਵੀ ਹੈ ਬਸਪਾ ਵੀ ਹੈ ਕਾਂਗਰਸ ਵੀ ਹੈ ਮੈਨੂੰ ਬਸਪਾ ਵੱਲੋਂ ਪਹਿਲਾਂ ਆਫਰ ਆਈ ਸੀ ਕਿ ਤੁਸੀਂ ਇੱਥੋਂ ਇਲੈਕਸ਼ਨ ਲੜ ਲਓ ਜੀ ਪਰ ਸਾਡੇ ਸਾਥੀ ਜਿਹੜੇ ਸੀ ਨਾਲ ਦੇ ਉਹ ਨਹੀਂ ਮੰਨੇ ਜੀ ਫਿਰ ਆਮ ਆਦਮੀ ਪਾਰਟੀ ਨੇ ਸਾਨੂੰ ਅਪਰੋਚ ਕੀਤਾ ਜੀ ਫਿਰ ਅਸੀਂ ਆਪਣੇ ਟੀਮ ਨਾਲ ਉਹਨਾਂ ਨਾਲ ਸਾਰਿਆਂ ਨਾਲ ਸਲਾਹ ਮਸ਼ਵਰਾ ਕੀਤਾ ਜੀ ਉਸ ਦੇ ਵਿੱਚ ਹੀ ਬੀਜੇਪੀ ਵਾਲੇ ਨੇ ਵੀ ਸਾਨੂੰ ਅਪਰੋਚ ਕੀਤਾ ਕਿ ਤੁਸੀਂ ਕੋਈ ਜਲਦਬਾਜ਼ੀ ਨਾ ਕਰਿਓ ਅਸੀਂ ਮਸਲੇ ਹੱਲ ਕਰਨ ਜਾ ਰਹੇ ਹਾਂ ਜੀ ਉਹਦੇ ਲੋਕ ਲੀਡਰਸ਼ਿਪ ਨੇ ਮੈਂ ਤੱਕ ਪਹੁੰਚ ਕੀਤੀ ਜੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਅਸੀਂ ਕਿਸਾਨ ਹਾਂ ਖੁਦ ਹਾਂ ਜਿੰਨਾ ਚਿਰ ਕਿਸਾਨੀ ਮਸਲਾ ਹੱਲ ਨਹੀਂ ਹੁੰਦਾ ਉਹਨਾਂ 'ਚ ਅਸੀਂ ਸੋਚ ਵੀ ਨਹੀਂ ਸਕਦੇ ਕਿ ਅਸੀਂ ਬੀਜੇਪੀ ਦੇ ਵਿੱਚ ਜਾਵਾਂਗੇ ਜੀ ਬਿਲਕੁਲ ਉਸ ਦੇ ਵਿਚਕਾਰ ਹੀ ਜਿਹੜਾ ਹੈਗਾ ਉਹ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਅਤੇ ਮੋਦੀ ਸਾਹਿਬ ਨੇ ਜੀ ਉਹ ਤਿੰਨੇ ਕਾਲੇ ਕਾਨੂੰਨ ਜਿਹੜੇ ਸੀ ਉਹ ਵਾਪਸ ਲੈਣ ਦਾ ਐਲਾਨ ਕਰਤਾ ਜੀ ਔਰ ਫਿਰ ਸਾਡੀ ਆਪਸ ਵਿੱਚ ਸਲਾਹ ਮਸ਼ਵਰਾ ਹੋਇਆ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ ਫਿਰ ਸਾਰਿਆਂ ਨੇ ਇਹ ਕਿਹਾ ਕਿ ਜਿਹੜੀ ਕੋਈ ਵੀ ਪਾਰਟੀ ਆ ਉਹ ਭਾਵੇਂ ਕਾਂਗਰਸ ਹੋਵੇ ਤਾਂ ਕਾਂਗਰਸ ਅਸੀਂ ਜਾ ਨਹੀਂ ਸਕਦੇ ਕਿਉਂਕਿ 84 ਦੇ ਵਿੱਚ ਉਹਨਾਂ ਨੇ ਜੋ ਸਿੱਖ ਕਤਲੇਆਮ ਕੀਤਾ ਜੀ ਉਹ ਨਾ ਭੁੱਲਣ ਯੋਗਿਆ ਨਾ ਬਖਸ਼ਣ ਯੋਗ ਜੀ 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 ਦੋ ਹੀ ਪਾਰਟੀਆਂ ਨੈਸ਼ਨਲ ਦੀਆਂ ਇੱਕ ਬੀਜੇਪੀ ਔਰ ਇੱਕ ਕਾਂਗਰਸ ਪਾਰਟੀ ਜੀ ਜਿਹੜੀ ਕਾਂਗਰਸ ਅਸੀਂ ਜਾ ਨਹੀਂ ਸਕਦੇ ਜੀ ਬੀਜੇਪੀ ਨੇ ਕਿਸਾਨਾਂ ਨਾਲ ਪੰਗਾ ਲੈ ਲਿਆ ਜੀ ਪਰ ਉਹ ਪੰਗਾ ਸਾਰਾ ਖਤਮ ਹੋਣ ਤੋਂ ਬਾਅਦ ਜੀ ਸਾਡੇ ਕਿਸਾਨ ਭਰਾ ਘਰਾਂ ਨੂੰ ਵਾਪਸ ਆ ਗਏ ਜੀ ਕਾਨੂੰਨ ਤਿੰਨੇ ਰੱਦ ਹੋ ਗਏ ਜੀ ਔਰ ਜੋ ਮੇਰੀ ਬੀਜੇਪੀ ਦੇ ਸੀਨੀਅਰ ਲੀਡਰ ਸਾਹਿਬਾਨ ਦੇ ਨਾਲ ਮੀਟਿੰਗਾਂ ਹੋਈਆਂ ਜੀ
उस उन्होंने सानू दस्या कि जिदा किमें कि पंजाब सिर बहुत ज़्यादा कर्जा इस वेले जी पंजाब नू कांग्रेस अकाली दल ने जां होर पार्टियां ने बहुत लुटिया कुटिया जी पंजाब दा कोई रेवेन्यू जनरेट नहीं किया जी कोई सारा कुछ अपने ढड्डां च पाए गए जी तो कोई भी जिहड़ी पार्टी है ना चों भ्रष्टाचार नू खत्म नहीं कर सकी जी तो असी फिर सारे ने फैसला लिया कि जिहड़ी बीजेपी की जिहड़ी लीडरशिप सी जी उन्होंने कहा कि असी चाहते हाँ कि पंजाब एक बॉर्डर स्टेट आ जी तो इस दे विच पहली गल तो हिंदू सिख भाईचारे जिहड़ा नौ उन्होंने रिश्ता जिहड़ा कायम रखना चाहिए सारे धर्मों का बराबर सत्कार होवे भावें कोई भी धर्म जात पात होवे जी तो दूसरा इत्थे जिहड़ा अपना बाहरलियां का बहुत ज़्यादा प्रेशर सी बीजेपी के उपर जी बाहरले अपने पंजाबियों का जी कि तीन एक रद्द होने चाहिए जी वो सारे रद्द होने तो बाद फिर जो अपना पाकिस्तान ते चाइना जी वो भी किसानी अंदोलन की आड़ के हेठ जो सा नौजवानों को गुमराह कर सकता सी जी वो सारा कुछ होने के बावजूद असं धन्यवाद करते हैं मोदी साहब का कि उन्होंने जो कानून है ये वापस लैके बड़ा पंजाबियों के ज हिंदुस्तान वासियों के किसानों के उपर बड़ा व्डा काम किया। खुजेवाल साहब सब तो पहला तो मुश्किल ये आएगी कि किसानी जिहड़ी 13 महीने का संघर्ष चलिया तुसी पिंडां विच जाओगे आप तुसी जिमीदारी नाल संबंधित हो किस तरह वो जिहड़ा पिछले दिनों का रोह किस तरह वो मिटा के तुहाडे नाल चल पाउणगे। बिल्कुल जी मैं साडियां 100 रिश्तेदारियां साडा 100 भाईचारा 100 लोगों के काम सवारे हुए आ अपना जिहड़ा अक्स आ वो आपां साफ सुथरा रखिया होया आ कोई हथ खड़ा करके कह देवे कि रणजीत सिंह खुजेवाल ने कभी किसी को पैसे लए हो दवाए हो किसी अफसर में जी जां गलत काम किया हो असी एक इमानदारी सच्चे पातशाह तो गुरु नानक साहब तो डर के जी असी विचरदे आ लोगों के समाज के जी तो जिहड़ी गल करते हैं बीजेपी की जी नो डाउट जिहड़ा हैगा किसानां दे विच हले गल जाण नू थोड़ा समां लगू जी पर तुसीं देखियो डे बाई डे जिदा जिदा पंजाब दे वास्ते पंजाब दे भले वास्ते जिदा हुण पंजाब दे हर एक मुलाज़म धरने ते बैठा जी साडे बच्चों नूं कुट्टिया जा रहा सड़कां ते रोलिया जा रहा ठीक है जी जी चन्नी सरकार बिल्कुल फेल हो चुकी आ जी ते बीजेपी नूं असीं इह बेनती करांगे कि जिहड़ी असीं बाहर रह के काम नहीं करवा सकते उह बीजेपी दे पार्टी दे विच शामिल होकर सरकार दे विच सानूं टिकट मिले ना मिले उह कोई हैगी प्रॉब्लम नहीं हैगी नहीं मेन तां इक मिनट पहलां मैं पूरी गल होरां दित्ती जी तो जिहड़ा हैगा आ आपां उहदे विच रह के अपना मसले किदां हल करवा सकते हैं जी जिहड़े अपने छोटे जिमीदार आ उहनां दी इनकम किदां आपां वधा सकते हैं पंजाब दे विच जिहड़ा बीमा फसल योजना हैगी आ उह पंजाब च लागू नहीं पूरे हिंदुस्तान च लागू आ जी जिहड़ियां सेंटर दीआं स्कीमां आ उह किदां पंजाब च लागू हो के पंजाब दा भला हो सके जी कांग्रेस हो गई अकाली दल हो गया बसपा हो गई आम आदमी पार्टी हो गई ਇਹਨਾਂ ਦੇ ਕੋਲ ਇਹ ਝੂਠੇ ਵਾਅਦੇ ਤਾਂ ਕਰ ਸਕਦੇ ਲੋਕਾਂ ਨਾਲ ਵੈਸੇ ਤੈਨੂੰ 1000 ਰੁਪਇਆ ਅਕਾਊਂਟ 'ਚ ਪਾਵਾਂਗੇ 2000 ਅਕਾਊਂਟ 'ਚ ਪਾਵਾਂਗੇ ਪਰ ਪਾਉਣਾ ਕਿੱਥੋਂ ਆ ਜੀ ਪੰਜਾਬ ਤਾਂ ਪਹਿਲਾਂ ਬਹੁਤ ਕਰਜ਼ਾ ਹੀ ਹੋਇਆ ਪਿਆ ਬਿਲਕੁਲ ਉਹ ਸਾਰੀਆਂ ਜੋ ਗੱਲਾਂ ਬਾਤਾਂ ਸਾਡੀਆਂ ਹੋਈਆਂ ਲੀਡਰਸ਼ਿਪ ਦੇ ਨਾਲ ਵੀ ਆਪਾਂ ਕੋਈ ਨਾ ਕੋਈ ਪੰਜਾਬ ਨੂੰ ਕੋਈ ਆਰਥਿਕ ਪੈਕੇਜ ਦਿੱਤਾ ਜਾਵੇ ਜਾਂ ਕਿਸਾਨਾਂ ਨੂੰ ਹੋਰ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਜਿਹੜੇ ਆਪਣੇ ਮੁਲਾਜ਼ਮ ਵਿਚਾਰੇ ਸੜਕਾਂ ਦੇ ਉੱਪਰ ਆ ਉਹਨਾਂ ਵਾਸਤੇ ਕੋਈ ਰੋਡ ਮੈਪ ਤਿਆਰ ਕੀਤਾ ਜਾਵੇ ਜੀ ਕੋਈ ਪਲਾਨ ਕੀਤਾ ਜਾਵੇ ਕਿ ਜਿਹੜਾ ਪੰਜਾਬ ਆ ਉਹ ਕਿੱਦਾਂ ਖੁਸ਼ਹਾਲ ਹੋ ਸਕਦਾ ਠੀਕ ਹੈ ਤੇ ਜਿਹੜਾ ਮਤਲਬ ਕਿ ਇਹਨਾਂ ਨੇ ਪਾਰਟੀਆਂ ਪਹਿਲੀਆਂ ਨੇ ਪੰਜਾਬ ਨੂੰ ਇੰਨਾ ਖਰਾਬ ਕੀਤਾ ਲੁੱਟਿਆ ਤੇ ਕੁੱਟਿਆ ਤੇ ਝੂਠੇ ਲਾਰੇ ਲਾ ਰਿਹਾ ਤੁਸੀਂ ਲੋਕਾਂ ਨੂੰ ਮੰਗਤੇ ਕਿਉਂ ਬਣਾ ਰਹੇ ਵੀ ਤੈਨੂੰ ਆਹ ਫ੍ਰੀ ਦੇਵਾਂਗੇ ਆਹ ਫ੍ਰੀ ਦੇਵਾਂਗੇ ਤੁਸੀਂ ਲੋਕਾਂ ਨੂੰ ਰੁਜ਼ਗਾਰ ਦਿਓ ਤੁਸੀਂ ਲੋਕਾਂ ਨੂੰ ਆਤਮ ਨਿਰਭਰ ਬਣਾਓ। ਅੱਛਾ ਰਣਜੀਤ ਜੀ ਸਭ ਤੋਂ ਅਖੀਰਲੀ ਸਾਡਾ ਮੇਰਾ ਸਵਾਲ ਜਿਹੜਾ ਹੈਗਾ ਤੁਹਾਨੂੰ ਕਿ ਕਪੂਰਥਲੇ ਬਾਰੇ ਕੀ ਸੋਚਦੇ ਹੋ ਕੀ ਕੁਛ ਲੈ ਕੇ ਆਓਗੇ ਕਪੂਰਥਲੇ ਔਰ ਕੀ ਕੁਛ ਜਿਹੜੀਆਂ ਉਣਤਾਈਆਂ ਹੁਣ ਦੇ ਟਾਈਮ 'ਚ ਕੀ ਸਿਨੈਰੀਓ ਤੁਸੀਂ ਦੇਖਦੇ ਹੋ ਕਪੂਰਥਲੇ ਬਾਰੇ ਜੇ ਤੁਸੀਂ ਵਾਕਿਆ ਬੀਜੇਪੀ 'ਚ ਸ਼ਾਮਿਲ ਹੋਏ ਹੋ ਕੁਛ ਨਾ ਕੁਛ ਸੋਚ ਕੇ ਆਏ ਹੋਵੋਗੇ ਕਿ ਅਕਾਲੀ ਦਲ 'ਚ ਮੈਂ ਇਹ ਨਹੀਂ ਕਰ ਸਕਿਆ ਜਾਂ ਮੈਂ ਇਹ ਕਰ ਪਾਵਾਂਗਾ। ਦੇਖੋ ਜੀ ਕਪੂਰਥਲਾ ਹਲਕਾ ਤਕਰੀਬਨ 20 ਸਾਲ ਤੋਂ ਰਾਣਾ ਗੁਰਜੀਤ ਸਿੰਘ ਜਿਹੜੇ ਹੈਗੇ ਇੱਥੋਂ MLA ਬਣਦੇ ਆ ਰਹੇ ਆ ਜੀ ਉਹ ਆਪ ਬਣ ਗਿਆ ਉਹਨਾਂ ਸਾਰਾ ਪਰਿਵਾਰ ਬਣ ਗਿਆ ਜੀ ਪਰ ਕਪੂਰਥਲੇ ਹਲਕੇ ਦੇ ਲੋਕਾਂ ਨੂੰ ਕੋਈ ਸੁੱਖ ਸਹੂਲਤ ਨਹੀਂ ਮਿਲ ਪਾਈ ਜੀ ਉਹਦੇ ਵਿੱਚ ਜੋ ਕੁਛ ਹੈਗਾ ਕਪੂਰਥਲੇ ਦੇ ਕੋਈ ਕੁਛ ਚੱਕ ਕੇ ਤਾਂ ਲੈ ਕੇ ਨਹੀਂ ਗਿਆ ਸਾਰਾ ਕੁਝ ਇੱਥੇ ਹੈਗਾ ਜੀ ਜੀ ਸੜਕਾਂ 'ਚ ਪੈਚਵਰਕ ਕਰਾਉਣਾ ਸੜਕਾਂ ਉਹੀ ਸੜਕਾਂ ਨਵੀਆਂ ਬਣਾਉਣੀਆਂ ਕੋਈ ਆਪਾਂ ਲੋਕਾਂ 'ਤੇ ਆਸਾਨ ਨਹੀਂ ਕਰਦੇ ਕੋਈ ਵੀ ਜੀ ਪਰ ਆਪਾਂ ਕੋਈ ਨਵਾਂ ਕੀ ਪ੍ਰੋਜੈਕਟ ਕੀ ਲੈ ਕੇ ਆਏ ਹਾਂ ਕਪੂਰਥਲੇ ਵਾਸਤੇ ਜੀ ਜਿੱਦਾਂ ਹੁਣ ਬੀਜੇਪੀ ਸਰਕਾਰ ਨੇ ਕਪੂਰਥਲੇ ਨੂੰ ਮੈਡੀਕਲ ਕਾਲਜ ਦਿੱਤਾ ਜੀ ਮੇਰੇ ਖਿਆਲ ਨਾਲ ਸਾਲ ਦੇ ਕਰੀਬ ਹੋ ਗਿਆ ਹੋਣਾ ਜੀ ਜੀ ਬਿਲਕੁਲ ਪਰ ਆਪਾਂ ਹਾਲੇ ਪੰਜਾਬ ਸਰਕਾਰ ਵੱਲੋਂ ਜਾਂ DC ਸਾਹਿਬ ਵੱਲੋਂ ਜਾਂ ਕੋਈ ਪੰਜਾਬ ਦੀ ਗਵਰਨਮੈਂਟ ਵੱਲੋਂ ਆਪਾਂ ਉਹਨੂੰ ਜਗ੍ਹਾ ਹੀ ਨਹੀਂ ਮੁਹੱਈਆ ਕਰਵਾ ਸਕੇ ਜੀ ਜਾਂ ਉਹ ਪ੍ਰੋਜੈਕਟ ਨੂੰ ਸ਼ੁਰੂ ਨਹੀਂ ਕਰਵਾ ਸਕੇ ਜੀ ਜਿਹੜਾ ਕਿ ਲੋਕਾਂ ਦੇ ਬਹੁਤ ਭਲੇ ਵਾਸਤੇ ਆ ਕਰੋਨਾ ਕਾਲ ਚੱਲਣ ਡਿਆ ਹੋਇਆ ਆ ਜੀ ਲੋਕਾਂ ਨੂੰ ਬੜੀ ਵੱਡੀ ਜ਼ਰੂਰਤ ਹੈ ਇਸ ਚੀਜ਼ ਦੀ ਜੀ ਅਤੇ ਆਪਾਂ ਉਸ ਚੀਜ਼ ਨੂੰ ਫਾਈਨਲੀ ਕੱਟ ਨਹੀਂ ਕਰ ਪਾ ਰਹੇ ਜੀ ਸੋ
ਇਹੋ ਜਿਹੀਆਂ ਕਈ ਗੱਲਾਂ ਪਤਾ ਹੈਗੀਆਂ ਕਿ ਕਪੂਰਥਲੇ ਦੇ ਵਿੱਚ ਜਿਹੜਾ ਆ ਸਵਾਈ ਰਾਣਾ ਗੁਰਜੀਤ ਸਿੰਘ ਜੀ ਹੋਣਾ ਵੱਲੋਂ ਜਿਹੜਾ ਕਿ ਪਰਚੇ ਕਰਨ ਦੀ ਰਾਜਨੀਤੀ ਪਰਚਾ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਆਪਣੇ ਨਾਲ ਜੋੜਨ ਦੀ ਨੀਤੀ ਜਿਹੜੀ ਆ ਉਸ ਦਾ ਹੀ ਪਰਦਾਫਾਸ਼ ਕਰਾਂਗੇ ਸਾਰਾ ਤਕਰੀਬਨ। ਔਰ ਅਸੀਂ ਕਮਲ ਦੇ ਫੁੱਲ ਦੇ ਉੱਪਰ ਕੋਈ ਬਹੁਤ ਵਧੀਆ ਜੋ ਪਾਰਟੀ ਸਾਨੂੰ ਕਿਸੇ ਨੂੰ ਵੀ ਹੁਕਮ ਲਾਊਗੀ ਉਹ ਬੰਦਾ ਲਿਆ ਕੇ ਕਪੂਰਥਲੇ ਲੋਕਾਂ ਦੇ ਆ ਆਪਣੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਹੱਲ ਕਰਨ ਦਾ ਕੋਈ ਯਤਨ ਕਰਾਂਗੇ। ਖੋਜੇਵਾਲ ਸਾਹਿਬ, ਇੱਕ ਤੁਹਾਡੀ ਹੀ ਨਵੀਂ ਪਾਰਟੀ ਦਾ ਅੰਦਰੂਨੀ ਜਿਹੜੀ ਗੱਲ ਹੈਗੀ ਹੈ ਕਿ ਅੱਜ ਤੱਕ ਬੀਜੇਪੀ 'ਤੇ ਇਹ ਇਲਜ਼ਾਮ ਲੱਗਦਾ ਆ ਰਿਹਾ ਕਿ ਇਲੈਕਸ਼ਨਾਂ ਦੇ ਵਿੱਚ ਇਹ ਰਾਣਾ ਗੁਰਜੀਤ ਦੇ ਹੱਕ ਵਿੱਚ ਬੈਠ ਜਾਂਦੇ ਨੇ, ਔਰ ਕਿਸ ਤਰ੍ਹਾਂ ਇਸ ਚੀਜ਼ ਨੂੰ ਤੁਸੀਂ ਕਲੀਅਰ ਕਰ ਪਾਓਗੇ ਕਿ ਨਹੀਂ ਅਸੀਂ ਅਲੱਗ? ਤੁਹਾਡੀ ਗੱਲ 100% ਠੀਕ ਹੈ ਜੀ। ਜੀ, ਸ਼੍ਰੋਮਣੀ ਅਕਾਲੀ ਦਲ ਰਾਣਾ ਗੁਰਜੀਤ ਸਿੰਘ ਦੇ ਨਾਲ ਪੂਰੀ ਤਰ੍ਹਾਂ ਰਲਿਆ ਹੋਇਆ ਜੀ, ਉਹਨਾਂ ਦੇ ਕਾਰੋਬਾਰ ਸਾਂਝੇ ਆ। ਮੈਂ ਬੀਜੇਪੀ ਦੀ ਵੀ ਗੱਲ, ਮੈਂ ਤੁਹਾਨੂੰ ਇਹ ਬੇਨਤੀ ਕਰਨ ਲੱਗਾ ਜੀ, ਕਪੂਰਥਲੇ ਦੇ ਲੋਕ ਜਦ ਤੁਸੀਂ ਕੋਈ ਪਾਰਟੀ ਬਦਲਵਾਂ ਚਿਹਰਾ ਨਹੀਂ ਦਊਗੀ ਜੀ, ਕਪੂਰਥਲੇ ਦੇ ਲੋਕ ਕੀ ਕਰਨਗੇ ਜੀ? ਫਿਰ ਤਾਂ ਰਾਣੇ ਗੁਰਜੀਤ ਸਿੰਘ ਨੇ ਵੋਟਾਂ ਪਾਉਣਗੇ ਨਾ ਜੀ। ਜੀ, ਹੁਣ ਜਦੋਂ ਬੀਜੇਪੀ ਖੁਦ ਆਪਣੇ ਕਮਲ ਦੇ ਫੁੱਲ ਦੇ ਉੱਪਰ ਆ ਕੇ ਇੱਥੋਂ ਇਲੈਕਸ਼ਨ ਲੜੂਗੀ ਜੀ, ਜਿਹੜੀ ਸਾਰੀ ਵੋਟ ਆ ਉਹ ਜਿਹੜੀ ਰਾਣਾ ਗੁਰਜੀਤ ਸਿੰਘ ਨੂੰ ਪਹਿਲਾਂ ਪੈਂਦੀ ਸੀ ਉਹ ਕਮਲ ਦੇ ਫੁੱਲ ਦੇ ਉੱਪਰ ਪੈ ਕੇ ਜੋ ਪਿੰਡਾਂ ਦੇ ਵਿੱਚ ਸਾਡੀਆਂ ਵੋਟਾਂ ਹੈਗੀਆਂ ਆ ਐਸੀ ਭਾਈਚਾਰੇ ਦੀਆਂ ਆ, ਜਨਰਲ ਭਾਈਚਾਰੇ ਦੀਆਂ ਜਾਂ ਹੋਰ ਭਾਈਚਾਰਿਆਂ ਦੀਆਂ ਹੈਗੀਆਂ ਆ ਜੀ, ਉਹ ਸਾਰਿਆਂ ਨੂੰ ਅਸੀਂ ਸਮਝਾਵਾਂਗੇ, ਘਰ ਘਰ ਤੱਕ ਗੱਲ ਪਹੁੰਚਾਵਾਂਗੇ ਕਿ ਭਾਈ ਅਸੀਂ ਤੁਹਾਡਾ ਆਪਣੀ ਬੀਜੇਪੀ ਸਰਕਾਰ ਆਉਣ ਦੇ ਵਿੱਚ ਤੁਹਾਡਾ ਜਿਹੜਾ ਆਹ ਤੁਹਾਡੇ ਮਸਲੇ ਹੱਲ ਕਰਨ ਦੀ ਅਸੀਂ ਸਮਰੱਥਾ ਰੱਖਦੇ ਹਾਂ। ਸੋ ਮੇਰੇ ਕਹਿਣ ਤੋਂ ਭਾਵ ਇਹ ਆ ਵੀ ਜਦੋਂ ਆਪਾਂ ਲੋਕਾਂ ਦੇ ਕੋਲ ਨੀਤੀਆਂ ਲੈ ਕੇ ਜਾਵਾਂਗੇ ਤਾਂ ਲੋਕ ਸਮਝਦੇ ਆ, ਲੋਕ ਹੁਣ ਪੜ੍ਹ ਲੱਗਾ, ਲੋਕ ਹੁਣ ਲਾ ਰਹੇ, ਲੋਕ ਆਉਣ ਵਾਲੇ ਹੈ ਨਹੀਂ। ਖੋਜੇਵਾਲ ਸਾਹਿਬ, ਸਾਡੇ ਵੱਲੋਂ ਨਿਊਜ਼ 9 ਪੰਜਾਬ ਦੀ ਟੀਮ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਕਿ ਤੁਸੀਂ ਨਵੀਂ ਪਾਰਟੀ ਜੁਆਇਨ ਕੀਤੀ ਔਰ ਇਹਦੇ 'ਚ ਤੁਸੀਂ ਆਪਣਾ ਜੋ ਵੀ ਤੁਸੀਂ ਮਨੋਰਥ ਲੈ ਕੇ ਆਏ ਹੋ ਤੁਸੀਂ ਉਹਦੇ 'ਚ ਕਪੂਰਥਲੇ ਦੇ ਭਲੇ ਵਾਸਤੇ ਆਪਣੇ ਮਨੋਰਥ ਵਿੱਚ ਕਾਮਯਾਬ ਹੋਵੋ। ਧੰਨਵਾਦ ਸਰ। ਥੈਂਕ ਯੂ, ਧੰਨਵਾਦ ਜੀ, ਮਿਹਰਬਾਨੀ। ਥੈਂਕ ਯੂ।